ਅਮਰੀਕਾ ਨੇ H1B ਵੀਜ਼ਾ ਧਾਰਕਾਂ ਨੂੰ ਵੱਡੀ ਰਾਹਤ ਦਿੰਦਿਆਂ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ ਜਿਸ ਤਹਿਤ H1B ਵੀਜ਼ਾ ਧਾਰਕਾਂ ਦੇ ਇੱਕ ਖਾਸ ਵਰਗ ਦੇ ਪੇਸ਼ੇਵਰਾਂ ਦੇ ਬੱਚਿਆਂ ਤੇ ਪਤੀ ਪਤਨੀ ਨੂੰ ਯਾਨਕਿ ਸਪਾਊਸ ਨੂੰ ਕੰਮ ਕਰਨ ਦੀ ਆਟੋਮੈਟਿਕ ਪਰਵਾਨਗੀ ਮਿਲ ਜਾਊਗੀ ਇਨ੍ਹਾਂ ਵੀਜ਼ਾ ਧਾਰਕਾਂ ਦੀ ਗਿਣਤੀ 1 ਲੱਖ ਦੇ ਕਰੀਬ ਹੈ ਐਤਵਾਰ ਨੂੰ ਐਲਾਨੇ ਗਏ ਕੌਮੀ ਸੁਰੱਖਿਆ ਸਮਝੌਤੇ ਨੂੰ ਅਮਰੀਕੀ ਸੈਨੇਟ ਦੇ ਵਿੱਚ ਰਿਪਬਲਿਕਨ ਤੇ ਡੈਮੋਕ੍ਰੈਟਿਕ ਧੜਿਆਂ ਦੀ ਹਮਾਇਤ ਮਿਲੀ ਹੈ ਇਸ ਨੂੰ ਵਾਈਟ ਹਾਊਸ ਨੇ ਵੀ ਸਮਰਥਨ ਦਿੱਤਾ ਹੈ ਸਮਝੌਤੇ ਵਿੱਚ ਦੋਹਾਂ ਧਿਰਾਂ ਨੇ H1B ਵੀਜ਼ਾ ਧਾਰਕਾਂ ਦੇ ਵੱਡੇ ਹੋ ਚੁੱਕੇ ਟਾਈ ਇਹ ਲੱਖ ਬੱਚਿਆਂ ਦੇ ਮਸਲਿਆਂ ਦਾ ਹੱਲ ਕੱਢਣ ਤੇ ਵੀ ਚਰਚਾ ਕੀਤੀ ਹੈ ਇੱਕ ਕਦਮ ਵਰਿਆਂ ਤੋਂ ਗ੍ਰੀਨ ਕਾਰਡ ਉਡੀਕ ਰਹੇ ਹਜ਼ਾਰਾਂ ਭਾਰਤੀ ਤਕਨੀਕੀ ਪੇਸ਼ੇਵਰਾਂ ਦੇ ਲਈ ਚੰਗੀ ਖਬਰ ਹੈ ਇਸ ਤੋਂ ਪਹਿਲਾਂ ਅਮਰੀਕਾ ਆਏ ਭਾਰਤੀ ਪੇਸ਼ੇਵਰਾਂ ਦੇ ਪਤੀ ਪਤਨੀ ਕੰਮ ਨਹੀਂ ਕਰ ਸਕਦੇ ਸੀ ਤੇ ਉਹਨਾਂ ਦੇ ਵੱਡੇ ਹੋ ਚੁੱਕੇ ਬੱਚਿਆਂ ਨੂੰ ਭਾਰਤ ਡਿਪੋਰਟ ਕਰਨ ਦਾ ਖਤਰਾ ਵੀ ਬਣਿਆ ਰਹਿੰਦਾ ਸੀ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਪਤਾ ਹੋਵੇਗਾ ਕਿ ਅਮਰੀਕਾ ਦੇ ਵਿੱਚ ਨਾਗਰਿਕ ਬਣਦੇ ਲਈ ਗ੍ਰੀਨ ਕਾਰਡ ਚਾਹੀਦਾ ਹੁੰਦਾ ਹੈ ਅਮਰੀਕਾ ਦੇ ਰਾਸ਼ਪਤੀ ਜੋ ਬਾਈਡਨ ਨੇ ਇੱਕ ਬਿਆਨ ਚ ਕਿਹਾ ਕਿ ਕਈ ਦਹਾਕੇ ਤੋਂ ਇਮੀਗ੍ਰੇਸ਼ਨ ਢਾਂਚਾ ਵਿਗੜਿਆ ਹੋਇਆ ਹੁਣ ਇਸ ਨੂੰ ਸਹੀ ਕਰਨ ਦਾ ਸਮਾਂ ਆ ਗਿਆ ਹੈ ਇਸ ਨਾਲ ਸਾਡਾ ਮੁਲਕ ਤੇ ਸਰਹੱਦਾਂ ਸੁਰੱਖਿਅਤ ਹੋਣਗੀਆਂ ਉਹਨਾਂ ਕਿਹਾ ਕਿ ਜਾਇਜ਼ ਇਮੀਗ੍ਰੇਸ਼ਨ ਲੋਕਾਂ ਦੇ ਨਾਲ ਨਿਰਪੱਖ ਤੇ ਮਨੁੱਖੀ ਵਤੀਰਾ ਯਕੀਨੀ ਬਣਾਏਗੀ ਅਮਰੀਕਾ ਤੋਂ ਤਾਂ ਚੰਗੀ ਖਬਰ ਆਈ ਹੈ ਪਰ ਕੈਨੇਡਾ ਤੋਂ ਚੰਗੀ ਖਬਰ ਨਹੀਂ ਹੈ ਕਿਉਂਕਿ ਕੈਨੇਡਾ ਦੀ ਜਸਟਨ ਟਰੂਡੋ ਸਰਕਾਰ ਨੇ ਘਰ ਖਰੀਦਣ ਸੰਬੰਧੀ ਵਿਦੇਸ਼ੀਆਂ ਤੇ ਲੱਗੀ ਪਾਬੰਦੀ ਨੂੰ 2 ਸਾਲ ਦੇ ਲਈ ਵਧਾ ਦਿੱਤਾ ਹੈ ਸਰਕਾਰ ਦਾ ਕਹਿਣਾ ਹੈ ਇਹ ਕਦਮ ਕੈਨੇਡੀਅਨ ਨਾ ਦੇ ਮਦੇ ਨਜ਼ਰ ਚੁੱਕਿਆ ਗਿਆ ਦਸਲ ਪੂਰੇ ਮੁਲਕ ਦੇ ਵਿੱਚ ਘਰਾਂ ਦੇ ਭਾਅ ਅਸਮਾਨ ਛੂ ਰਹੇ ਨੇ ਸਥਾਨਿਕ ਲੋਕ ਪਰੇਸ਼ਾਨ ਨੇ ਘਰ ਵੀ ਨਹੀਂ ਖਰੀਦ ਖਰੀਦ ਸਕਦੇ ਇਸ ਕਾਰਨ ਕੈਨੇਡਾ ਦੇ ਵਿੱਚ ਹਾਊਸਿੰਗ ਇੱਕ ਵੱਡਾ ਸੰਕਟ ਬਣ ਗਿਆ ਘਰ ਖਰੀਦਣਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਇਸ ਸੰਕਟ ਦੇ ਲਈ ਪ੍ਰਵਾਸੀਆਂ ਦੀ ਵਧ ਰਹੀ ਗਿਣਤੀ ਤੇ ਕਮਾਂਤਰੀ ਵਿਦਿਆਰਥੀਆਂ ਦੀ ਆਮਦ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਹੈ ਇਹਨਾਂ ਦੀ ਵਾਧਦੀ ਗਿਣਤੀ ਕਾਰਨ ਘਰਾਂ ਦੀ ਮੰਗ ਵਧੀ ਹੈ ਵਧਦੀਆਂ ਕੀਮਤਾਂ ਕਾਰਨ ਉਸਾਰੀ ਵੀ ਸੁਸਤ ਹੋਈ ਹੈ ਇਸ ਕਰਕੇ ਜਸਟਿਨ ਟਰੂਡੋ ਸਰਕਾਰ ਨੇ 1 ਜਨਵਰੀ 2025 ਨੂੰ ਖਤਮ ਹੋਣ ਵਾਲੀ ਇਸ ਰੋਕ ਨੂੰ ਵਧਾ ਕੇ 1 ਜਨਵਰੀ 2027 ਤੱਕ ਕਰ ਦਿੱਤਾ ਹੈ ਟਰੂਡੋ ਸਰਕਾਰ ਨੇ ਇਹ پابੰਦੀ 2023 ਦੇ ਵਿੱਚ ਲਾਈ ਸੀ ਕੇਂਦਰ ਸਰਕਾਰ ਨੇ ਲੋਕ ਸਭਾ ਦੇ ਵਿੱਚ ਕੱਲ ਇੱਕ ਬਿੱਲ ਪੇਸ਼ ਕਰਕੇ ਸਰਕਾਰੀ ਭਰਤੀਆਂ ਵਿੱਚ ਹੁੰਦੇ ਪੇਪਰ ਲੀਕ ਤੇ ਫਰਜ਼ੀ ਵੈੱਬਸਾਈਟਾਂ ਵਰਗੇ ਮਾੜੇ ਕੰਮਾਂ ਨੂੰ ਰੋਕਣ ਲਈ ਸਜ਼ਾ ਤੇ ਜੁਰਮਾਨੇ ਦੀ ਤਜਵੀਜ਼ ਰੱਖੀ ਹੈ ਬਿੱਲ ਮੁਤਾਬਿਕ ਅਜਿਹਾ ਕਰਨ ਤੇ ਘੱਟੋ-ਘੱਟ 3 ਸਾਲ ਦੀ ਕੈਦ ਤੇ 1 ਕਰੋੜ ਰੁਪਏ ਜੁਰਮਾਨਾ ਹੋ ਸਕਦਾ ਹੈ ਮੌਜੂਦਾ ਸਮੇਂ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਕੋਈ ਠੋਸ ਕਾਨੂੰਨ ਨਹੀਂ ਹੈ ਸਰਕਾਰੀ ਪ੍ਰੀਖਿਆ ਨਯਾਨਕੇ ਨਜਾਇਜ਼ ਢੰਗ ਤਰੀਕਿਆਂ ਨੂੰ ਰੋਕਣਾ ਬਿੱਲ 2024 ਕੱਲ ਸਦਨ ਦੇ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਪੇਸ਼ ਕਰਦਿਆਂ ਜ਼ਿਕਰ ਕੀਤਾ ਕਿ ਪ੍ਰਸ਼ਨ ਪੱਤਰ ਜਾਂ ਉਤਰਾਂ ਦੀ ਲੀਕੇਜ ਸਿੱਧੇ ਜਾਂ ਅਸਿੱਧੇ ਤੌਰ ਤੇ ਕਿਸੇ ਵੀ ਅਣਅਧਿਕਾਰਿਤ ਢੰਗ ਨਾਲ ਉਮੀਦਵਾਰ ਦੀ ਸਰਕਾਰੀ ਪ੍ਰੀਖਿਆ ਵਿੱਚ ਮਦਦ ਅਤੇ ਕੰਪਿਊਟਰ ਨੈੱਟਵਰਕ ਜਾਂ ਕੰਪਿਊਟਰ ਸਿਸਟਮ ਦੇ ਨਾਲ ਛੇੜਛਾੜ ਨੂੰ ਇੱਕ ਵਿਅਕਤੀ ਜਾਂ ਵਿਅਕਤੀਆਂ ਦੇ ਗਰੁੱਪ ਵੱਲੋਂ ਕੀਤੇ ਗਏ ਅਪਰਾਧ ਵਜੋਂ ਮੰਨਿਆ ਜਾਵੇਗਾ ਇਸ ਬੈਲ ਦੇ ਵਿੱਚ ਯੂਪੀਐਸਸੀ, ਐਸਐਸਸੀ, ਰੇਲਵੇ, ਬੈਂਕਿੰਗ ਭਰਤੀ ਪ੍ਰੀਖਿਆ ਤੇ ਸਾਰੇ ਕੰਪਿਊਟਰ ਆਧਾਰਿਤ ਟੈਸਟ ਤੇ ਐਨਟੀਏ ਦੇ ਟੈਸਟ ਆਉਣਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਨਵੇਕਲੀ ਪਹਿਲ ਕਰਦਿਆਂ ਪੰਜਾਬੀ ਭਾਸ਼ਾ ਨੂੰ ਗੂਗਲ ਪਲੇਟਫਾਰਮ ਜੈਮਿਨੀ AI ਤੇ ਸ਼ਾਮਲ ਕਰਵਾਉਣ ਦੇ ਲਈ ਵੱਖ-ਵੱਖ ਵਿਭਾਗਾ ਅਤੇ ਪੰਜਾਬੀ ਬੁੱਧੀਜੀਵੀਆਂ ਦੇ ਨਾਲ ਵਿਚਾਰ-ਚਰਚਾ ਕੀਤੀ ਤੇ ਪੰਜਾਬੀ ਭਾਸ਼ਾ ਦੇ ਡੇਟਾ ਦੀ ਉਪਲਬਧਤਾ 6 ਮਹੀਨਿਆਂ ਵਿੱਚ ਕਰਾਉਣ ਲਈ ਰੋਡ ਮੈਪ ਤਿਆਰ ਕਰਨ ਤੇ ਜ਼ੋਰ ਦਿੱਤਾ। ਇਸ ਮੀਟਿੰਗ ਦੇ ਵਿੱਚ ਸੁਰਜੀਤ ਪਾਤਰ ਵੀ ਸ਼ਾਮਲ ਸਨ।